ਅਤੇ ਐਤਕੀ ਸਾਲ ਲੋਕਾਂ ਨੇ ਲਈਆਂ ਸੁਪਰ ਸੀਡਰਾਂ, ਅਤੇ ਸਾਡੇ ਵਾਲੀ ਸੁਪਰ ਸੀਡਰ ਦਾ ਹਾਲ ਦੇਖੋ, ਬਲੇਡਾਂ ਦੀ ਕੰਡੀਸ਼ਨ ਦੇਖੋ ਤੁਸੀਂ ਕਿੰਨੀ ਕੁ ਰਹਿ ਗਈ ਹੈ। ਯਾਨੀ ਕਿ ਬਿਲਕੁਲ ਹੀ ਬਸ ਚੇਂਜ ਕਰਨ ਵਾਸਤੇ ਹੀ ਹੋ ਗਏ ਨੇ, ਬਿਲਕੁਲ ਖਤਮ। ਦੇਖੋ ਲੋਕਾਂ ਨੇ ਹੁਣ ਐਤਕੀ ਸਾਲ ਲਈਆਂ, ਅਤੇ ਆਪਾਂ ਘਸਾ ਘਸਾ ਕੇ ਇਹਦਾ ਬੁਰਾ ਹਾਲ ਕਰਤਾ ਸੁਪਰ ਸੀਡਰ ਦਾ। ਅਤੇ ਆ ਜਾਓ ਤੁਹਾਨੂੰ ਜੁਗਾੜ ਦਿਖਾਈਏ ਆਪਣਾ, ਵੀ ਜੋ ਆਪਾਂ ਬਣਾਇਆ ਇਹ ਹੈ ਜੀ ਆਪਣਾ 65x, ਇਹਦੇ 'ਚ ਕੀਤਾ ਆਪਾਂ ਇੱਕ ਛੋਟਾ ਜਿਹਾ ਜੁਗਾੜ। ਮੇਰੇ ਹਿਸਾਬ ਨਾਲ ਬਹੁਤ ਵਧੀਆ ਚੀਜ਼ ਹੋ ਗਈ ਉਹ, ਅਤੇ ਜਿਹੜੀ ਕਿ ਕੰਪਨੀ ਨੂੰ ਖੁਦ ਕਰ ਦੇਣੀ ਚਾਹੀਦੀ ਸੀ ਬਹੁਤ ਪਹਿਲਾਂ। ਇੱਕ ਤਾਂ ਆਪਾਂ ਇਹਦੇ 'ਚ ਪਾਵਰ ਸਟੇਅਰਿੰਗ ਕੀਤਾ ਜੀ, ਇਹ ਵੀ ਆਪਾਂ ਘਰ ਹੀ ਕੀਤਾ ਸੀ, ਡਬਲ ਐਟਿੰਗ ਵਾਲਾ ਲਾਇਆ ਦੇਖ ਸਕਦੇ ਹੋ ਥੱਲੇ, ਇਹ ਆਪਾਂ ਘਰ ਹੀ ਕੀਤਾ ਸੀ। ਅਤੇ ਜਿਹੜਾ ਆਪਾਂ ਹੁਣ ਇਹਦੀ ਜੁਗਾੜ ਲਾਇਆ ਉਹ ਤੁਹਾਨੂੰ ਦਿਖਾਉਂਦੇ ਹਾਂ। ਪਲੇਟਫਾਰਮ ਦੇਖੋ ਜੀ, ਇਹਦਾ ਬਿਲਕੁਲ ਫਲੈਟ ਹੈ, ਇਹ ਵੀ ਆਪਾਂ ਹੀ ਕੀਤਾ ਸੀ, ਬਿਲਕੁਲ ਫਲੈਟ ਹੈ ਘਰ ਹੀ। ਕਲੱਚ ਅਤੇ ਬ੍ਰੇਕਾਂ ਉੱਚੀ ਚੱਕੀਆਂ ਹੋਈਆਂ। ਜੁਗਾੜ ਇਹ ਹੈ ਜੀ, ਆਹ ਦੇਖੋ ਆਪਣੇ ਵਾਲਾ 65x ਹੈ ਜੀ, ਸਾਈਡ ਗੇਅਰ ਦੇਖ ਸਕਦੇ ਤੁਸੀਂ, ਸਾਈਡ ਗੇਅਰ ਵਾਲਾ 65x। ਅਤੇ ਇਹਦੇ ਗੇਅਰ ਬਹੁਤ ਹੀ ਜਿਹੜੇ ਜ਼ਬਰਦਸਤ ਪੈਂਦੇ ਨੇ, ਬਿਲਕੁਲ ਉਂਗਲ ਨਾਲ, ਆਹ ਦੇਖੋ ਇਹ ਦੇਖੋ ਉਂਗਲ, ਚਿਚਲੀ ਉਂਗਲ ਨਾਲ ਵੀ ਪੈ ਜਾਣਗੇ, ਰਿਹਾ ਪੈ ਗਿਆ, ਚਿਚਲੀ ਉਂਗਲ ਨਾਲ ਵੀ ਪੈ ਜਾਂਦੇ ਨੇ, ਬਹੁਤ ਹੀ ਜ਼ਿਆਦਾ ਸਮੂਥ ਜਿਹੜੇ ਵਰਕ ਕਰਦੇ ਆ ਇਹ, ਬਹੁਤ ਜ਼ਿਆਦਾ। ਵੀ ਇਹ ਕੰਮ ਕੰਪਨੀ ਨੂੰ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਜਿਹੜਾ ਆਪਾਂ ਹੁਣ ਕੀਤਾ ਇਹਦੇ ਵਿੱਚ। ਇਹਦੇ 'ਚ ਆਪਾਂ ਕੀ ਹੈ, ਇਹ ਸਾਰੇ ਘੇਰੇ ਦੇ ਸਾਈਡ ਨਹੀਂ ਹੋਏ, ਬਾਕੀ ਦੇ ਥੱਲੇ ਹੀ ਨਹੀਂ ਦੇਖ ਸਕਦੇ ਤੁਸੀਂ, ਇਹ ਸਿਰਫ ਇਹਦੇ ਵਿੱਚ ਆਪਾਂ ਹਾਈ ਅਤੇ ਲੋਅ ਵਾਲਾ ਘੇਰ ਜਿਹੜਾ ਉਹ ਸਾਈਡ ਕਰਤਾ। ਇਹਦੇ ਵਿੱਚ ਆਹ ਦੇਖੋ ਇਸ ਤਰ੍ਹਾਂ ਥੱਲੇ ਘੇਰ ਹੁੰਦੇ ਨੇ ਹਾਈ ਅਤੇ ਲੋਅ ਦੇ, ਅਤੇ ਇਹਦੇ ਨਾਲ ਆਪਾਂ ਸਰੀਆ ਜੋੜਿਆ, ਇਹ ਘਰ ਜੁਗਾੜ ਬਣਾ ਕੇ ਬਣਾਇਆ, ਥੋੜ੍ਹਾ ਮੋਟਾ ਸਰੀਆ ਲਾਵਾਂਗੇ ਵੈਸੇ ਇਹਦੇ 'ਤੇ, ਇਹ ਉੱਦਾਂ ਕਰਕੇ ਦੇਖਿਆ ਸੀ ਆਪਾਂ ਜੁਗਾੜ ਵੀ ਕਿੰਨਾ ਕੁ ਕਾਮਯਾਬ ਆ। ਇਹ ਦੇਖੋ ਇੰਨੀ ਕੁ ਮੂਵਮੈਂਟ ਇਹ ਲੈਂਦਾ ਲੀਵਰ, ਅਤੇ ਇੱਥੋਂ ਦੀ ਦੇਖੋ ਕਿੰਨੀ ਕੁ ਲੈ ਰਿਹਾ ਮੂਵਮੈਂਟ ਇੱਥੇ, ਅਤੇ ਇੱਥੇ ਬਸ ਇੰਨਾ ਕੁ ਥੱਲਿਓਂ ਖੜ੍ਹੇ ਹੋ ਕੇ ਤੁਹਾਨੂੰ ਵਿਖਾਉਂਦੇ ਹਾਂ ਕਿਸ ਤਰ੍ਹਾਂ ਬੈਂਡ ਦੇ ਕੇ ਇਹਨੂੰ ਬਣਾਇਆ ਆਪਾਂ। ਇਹ ਇੱਥੋਂ ਦੇਖ ਸਕਦੇ ਹੋ, ਇਹ ਲੀਵਰ ਨਾਲ ਵੈਲਡਿੰਗ ਕੀਤੀ ਆਪਾਂ, ਅਤੇ ਇਸ ਤਰ੍ਹਾਂ ਬੈਂਡ ਕਰਕੇ ਬਿਲਕੁਲ ਸਹੀ ਪੁਜੀਸ਼ਨ 'ਤੇ ਜਿਹੜਾ ਸੀਟ ਦੀ ਹੈਗਾ, ਅਤੇ ਮੇਨ ਗੱਲ ਹੈ ਵੀ ਸਮੂਥ ਬਹੁਤ ਜ਼ਿਆਦਾ, ਵੀ ਐਵੇਂ ਲੱਗਦਾ ਵੀ ਗੇਅਰ ਪਿਆ ਹੀ ਨਹੀਂ, ਨਿਊਟਰਲ ਟਰੈਕਟਰ ਦਾ ਜਿਵੇਂ ਆਪਾਂ ਲੀਵਰ ਹਿਲਾਉਂਦੇ ਹਾਂ ਨਾ, ਵੀ ਉਹਨਾਂ ਢਿੱਲਾ ਇਹ ਹਿਲਦਾ ਹੈ ਜਿੰਨਾ ਨਿਊਟਰਲ ਟਰੈਕਟਰ ਦਾ ਲੀਵਰ ਜਿਹੜਾ ਹਿਲਦਾ ਹੁੰਦਾ, ਬਹੁਤ ਹੀ ਵਧੀਆ। ਇਹ ਦੇਖੋ ਬਹੁਤ ਜ਼ਿਆਦਾ ਲੂਜ਼ ਆ, ਅਤੇ ਬਹੁਤ ਹੀ ਢਿੱਲੇ ਗੇਅਰ, ਅਤੇ ਬਹੁਤ ਹੀ ਵਧੀਆ ਨਜ਼ਾਰਾ ਆਉਂਦਾ ਇਹਦੇ ਵਿੱਚ। ਮਤਲਬ ਇਹ ਕੰਮ ਕੰਪਨੀ ਨੂੰ ਖੁਦ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਜਿਹੜਾ ਕਿ ਅਸੀਂ ਆਪ ਕੀਤਾ ਹੁਣ ਜੁਗਾੜ ਕਰਕੇ, ਅਤੇ ਇਹਦਾ ਪੀ ਟੀ ਵਾਲੇ ਲੀਵਰ ਵੀ ਅਸੀਂ ਉੱਦਾਂ ਹੀ ਸਾਈਡ 'ਤੇ ਲੈ ਜਾਵਾਂਗੇ, ਜਿਵੇਂ ਉਰਲੇ ਪਾਸੋਂ ਗੱਦੀ ਦੇ ਸਾਈਡ 'ਤੇ ਆਇਆ, ਐਵੇਂ ਪੀ ਟੀ ਵਾਲਾ ਪਰਾਂ ਸਾਈਡ 'ਤੇ ਆ ਜਾਏਗਾ, ਅਤੇ ਇਹ ਲੀਵਰ ਨੂੰ ਅਸੀਂ ਇੱਥੋਂ ਕੱਟ ਵੀ ਸਕਦੇ ਹਾਂ, ਸੈਕਿੰਡ ਹੈਂਡ ਜਿੰਨੇ ਮਰਜ਼ੀ ਕਬਾੜ 'ਚੋਂ ਮਿਲ ਜਾਂਦੇ ਨੇ ਵੈਸੇ, ਇੱਥੋਂ ਇਹਨੂੰ ਕੱਟ ਵੀ ਸਕਦੇ ਹਾਂ, ਅਤੇ ਅਸੀਂ ਵੈਸੇ ਲਾਇਆ ਸੀ ਜੁਗਾੜ ਵੀ ਚਲੋ ਕਰਕੇ ਦੇਖੀਏ, ਪਰ ਵਧੀਆ ਹੋ ਗਿਆ, ਕੋਈ ਦਿੱਕਤ ਨਹੀਂ ਹੈ, ਅਤੇ ਐਨ ਵਧੀਆ ਨਜ਼ਾਰਾ ਆਉਂਦਾ ਇਹਦੇ 'ਚ। ਸੀਟ ਆਪਾਂ ਇਹਦੀ ਵੱਡੀ ਲਾਤੀ ਸੀ ਪਹਿਲਾਂ ਹੀ, ਦੇਖੋ ਕਿੰਨੀ ਵੱਡੀ ਸੀਟ ਆ, ਅਤੇ ਮੀਟਰ ਇਹਦੇ 'ਚ ਇਲੈਕਟ੍ਰੋਨਿਕ ਹੀ ਆਉਂਦੇ ਆ ਸਾਰੇ ਪਹਿਲਾਂ ਹੀ, ਪਾਵਰ ਸਟੇਅਰਿੰਗ ਕਰਦਾ, ਸਟੇਅਰਿੰਗ ਛੋਟਾ ਲੱਗ ਗਿਆ, ਟਰਬੋ ਇਹਦੇ 'ਚ ਕੰਪਨੀ ਦੀ ਫਿਟਿਡ ਹੋਈ ਵਾਈ ਆ, ਅਤੇ ਡਰਾਈ ਫਿਲਟਰ ਵੀ ਕੰਪਨੀ ਦਾ ਹੀ ਵੱਡੇ ਵਾਲਾ ਲੱਗਿਆ ਹੋਇਆ ਦੇਖ ਸਕਦੇ ਹੋ। ਉੱਪਰ ਜਿਹੜਾ ਗਲਾਸ ਜਿਹਾ ਇਹ ਅਸੀਂ ਆਪ ਲਾਇਆ, ਵੀ ਅੱਧੀ ਮਿੱਟੀ ਇਹੀ ਰੋਕ ਲੈਂਦਾ ਗਲਾਸ, ਫਿਲਟਰ 'ਚ ਨਹੀਂ ਜਾਂਦੀ ਫਿਰ ਮਿੱਟੀ। ਪਲੇਟਫਾਰਮ ਦੇਖ ਸਕਦੇ ਹੋ ਬਿਲਕੁਲ ਫਲੈਟ, ਅਤੇ ਪਾਏ ਹੈ ਪੈਡਲ ਅਸੀਂ ਉੱਤੇ ਚੱਕੇ ਨੇ, ਵੈਲਡਿੰਗ ਵੁਲਡਿੰਗ ਜੇ ਕੀਤੇ ਨੇ, ਬਾਅਦ 'ਚੋਂ ਅਸੀਂ ਇਹਨੂੰ ਸਿੱਧਾ ਕਰ ਦਾਂਗੇ ਇੱਥੋਂ ਦੀ ਥੱਲੇ ਤੱਕ, ਇੱਕੋ ਹੀ ਲਾ ਦਾਂਗੇ। ਇਹਦੀ ਬ੍ਰੇਕ ਬਰੂਕ ਬਹੁਤ ਹੀ ਵਧੀਆ ਲੱਗਦੀ ਹੈ, ਅਤੇ ਬਹੁਤ ਹੀ ਨਜ਼ਾਰੇਦਾਰ ਜਿਹੜਾ ਟਰੈਕਟਰ ਹੈਗਾ, ਓਵਰਆਲ ਲੁੱਕ ਤੁਸੀਂ ਦੇਖ ਸਕਦੇ ਹੋ ਅੱਗੋਂ ਦੀ ਟਰੈਕਟਰ ਦੀ, ਬਹੁਤ ਹੀ ਵਧੀਆ ਐਨ ਘੈਂਟ ਟਰੈਕਟਰ ਜਿਹੜਾ ਲੱਗਦਾ। ਨਵੇਂ ਨਵੇਂ ਟਰੈਕਟਰ ਵੀ
ਇਹਦੇ ਸਾਹਮਣੇ ਫਿੱਕੇ ਲੱਗਦੇ ਨੇ ਖੜ੍ਹੇ ਹੋਏ ਵੀ ਇੰਨੀ ਜ਼ਿਆਦਾ ਇਹਦੀ ਰੋਹਬ ਪੈਂਦੀ ਹੈ। ਰੋਹਬ ਤਾਂ ਦੂਰ ਦੀ ਗੱਲ, ਵੀ ਪਰਫੋਰਮੈਂਸ ਇੰਨੀ ਜ਼ਬਰਦਸਤ ਹੈ ਨਾ ਵੀ ਬਹੁਤ ਹੀ ਜ਼ਿਆਦਾ ਇਹਦੇ 'ਚ ਨਜ਼ਾਰਾ ਆਉਂਦਾ ਚਲਾਉਣ ਨੂੰ ਇਹਨੂੰ। ਆਹ ਦੇਖੋ ਬਹੁਤ ਵਧੀਆ ਲੁੱਕ ਟਰੈਕਟਰ ਦੀ, ਪੇਂਟ ਹੋਇਆ ਹੋਇਆ ਟਰੈਕਟਰ, ਵੈਸੇ ਹੈ ਸਾਲ ਹੋ ਗਿਆ ਇਹਨੂੰ ਪੇਂਟ ਹੋਏ ਨੂੰ, ਕਿੱਧਰੋਂ ਵੀ ਮਾੜਾ ਜਿਹਾ ਵੀ ਪੇਂਟ ਨਹੀਂ ਉਤਰਿਆ। ਟੂਕੇ ਵਾਲਾ ਪੇਂਟ ਅਸੀਂ ਆਪ ਹੀ ਕਰਵਾਇਆ ਸੀ, ਆਪੇ ਲੈ ਕੇ ਆਈ ਇਹਦਾ ਪੇਂਟ। ਅਤੇ ਇਹ ਹੁਣ ਆਪਣਾ ਲੀਵਰ ਹੋ ਗਿਆ ਸਾਈਡ 'ਤੇ, ਹੁਣ ਪੀ ਟੀ ਓ ਵਾਲਾ ਲੀਵਰ ਇਹਦਾ, ਆਹ ਵੀ ਸਾਈਡ 'ਤੇ ਕੱਢਾਂਗੇ ਇਹਨੂੰ ਵੀ ਇੱਧਰੋਂ ਦੀ। ਅਤੇ ਇਹ ਮੇਨ ਗੇਅਰ ਵੀ ਦੇਖੋ 65 ਬਾਈ ਦੇ ਜਿਹੜੇ ਹੁੰਦੇ ਨੇ ਬਹੁਤ ਹੀ ਜ਼ਿਆਦਾ ਢਿੱਲੇ ਹੁੰਦੇ ਨੇ, ਮਤਲਬ ਕਿ ਹੱਥ ਲਾਇਆ ਗੇਅਰ ਪੈਂਦੇ ਨੇ, ਵੀ ਐਸੇ ਗੇਅਰ ਹੁੰਦੇ ਨੇ ਇਹਦੇ, ਮਤਲਬ ਜ਼ੋਰ ਨਹੀਂ ਲਾਉਣਾ ਪੈਂਦਾ ਇਹਦੇ ਗੇਅਰਾਂ 'ਤੇ, ਮਤਲਬ ਬਹੁਤ ਹੀ ਜ਼ਿਆਦਾ ਲੂਜ਼, ਜਿਵੇਂ ਆਪਣੀ ਇੱਕ ਉਂਗਲ ਹੈ। ਆਹ ਦੇਖੋ ਇੱਕ ਉਂਗਲ ਹੀ, ਵੀ ਜਿਵੇਂ ਆਪਣਾ ਸਾਈਡ ਗੇਟ ਦਾ ਐਕਸਪੀਰੀਅੰਸ ਹੁੰਦਾ ਨਾ ਉਹੀ ਚੀਜ਼ ਹੈ। ਇੱਥੇ ਚੌਥਾ ਲੱਗ ਗਿਆ, ਇੱਥੇ ਦੂਜਾ, ਇੱਥੇ ਬੈਕ, ਇਹ ਪਹਿਲਾ, ਇੱਥੇ ਪਰਾਂ ਪੰਜਵਾਂ, ਇੱਥੇ ਤੀਜਾ। ਅਤੇ ਲਿਫਟ ਵਾਲਾ ਲੀਵਰ ਵੀ ਥੋੜ੍ਹਾ ਜਿਹਾ ਉੱਤੇ ਚੱਕਿਆ ਇਹਦਾ, ਵੀ ਥੋੜ੍ਹੀ ਜਿਹੀ ਪੁਜੀਸ਼ਨ ਵਧੀਆ 'ਚ ਆ ਜਾਵੇ, ਵੀ ਥੋੜ੍ਹੀ ਜਿਹੀ ਦੂਰ ਹੁੰਦਾ। ਇੱਥੇ ਵੀ ਡੰਡਾ ਜਿਹਾ ਬੈਂਡ ਕਰਕੇ ਅਸੀਂ ਲਾਇਆ, ਦੇਖੋ ਵੀ ਅੱਗੇ ਡਰਾਈਵਰ ਦੀ ਪਹੁੰਚ 'ਚ ਪਹੁੰਚ ਜੇ, ਉੱਚਾ ਕੀਤਾ ਹੋਇਆ ਇਹਨੂੰ, ਵੀ ਸੀਟ 'ਤੇ ਬੈਠੇ ਬੈਠੇ ਹੀ ਵਧੀਆ ਤਰੀਕੇ ਨਾਲ ਹੋ ਜਾਵੇ। ਅਤੇ ਆਪਣਾ ਜਿਵੇਂ ਲੋਕ ਕਹਿੰਦੇ ਵੀ ਜੀਟਰ ਬੜਾ ਲੀਕ ਹੁੰਦੇ, ਚਾਰੋਂ ਪਾਸੋਂ ਲੀਕ ਹੁੰਦੇ ਨੇ, ਪਰ ਇਹ ਦੇਖ ਸਕਦੇ ਹੋ ਵੀ ਕਿੱਧਰੋਂ ਵੀ ਕੋਈ ਲੀਕ ਨਹੀਂ ਹੋਇਆ। ਆਪਣਾ ਟਰੈਕਟਰ ਪ੍ਰੋਡਕਸ਼ਨ ਦੇਖੋ ਜੀ, ਬਿਲਕੁਲ ਸੁੱਕੇ, ਐਨ ਵਧੀਆ। ਇੱਧਰੋਂ ਵੀ ਦੇਖੋ ਬਿਲਕੁਲ ਸੁੱਕਾ ਪਿਆ ਟਰੈਕਟਰ, ਇੱਥੋਂ ਦੇਖ ਲਓ ਕੋਈ ਵੀ ਲੀਕਿੰਗ ਫਿਕਿੰਗ ਕਿੱਧਰੋਂ ਨਹੀਂ ਹੈ ਟਰੈਕਟਰ ਦੇ। ਇੱਧਰੋਂ ਦੇਖੋ ਬਸ ਇੱਕ ਹੈ ਗੋਡੇ ਵਾਲੀ ਸੀਲ, ਹਲਕੀ ਜੀ ਲੀਕ ਹੈ, ਉਹ ਵੀ ਸੀਲ ਇਹਦੇ 'ਚ ਪੈ ਜਾਵੇ, 10 ਰੁਪਏ ਦੀ ਸੀਲ ਹੈ ਸਿਰਫ ਇਹਦੀ, ਇਹ ਗੋਡਾ ਖੁੱਲ੍ਹ ਕੇ ਅਤੇ ਉਹ ਪਾ ਦੇਣੀ ਆਪਾਂ ਇੱਥੇ, ਬਾਕੀ ਹੋਰ ਕਿੱਧਰੋਂ ਵੀ ਲੀਕ ਨਹੀਂ ਹੈਗਾ ਟਰੈਕਟਰ। ਦੇਖੋ ਮਾੜਾ ਜਿਹਾ ਵੀ ਅੱਗੋਂ ਦੇਖ ਸਕਦੇ ਹੋ, ਇਹ ਕਿਤੋਂ ਵੀ ਮਾੜਾ ਜਿਹਾ ਵੀ ਇੱਕ ਬੂੰਦ ਵੀ ਟਰੈਕਟਰ ਜਿਹੜਾ ਲੀਕਿੰਗ ਨਹੀਂ ਹੈਗਾ ਕਿੱਧਰੋਂ ਵੀ, ਦੇਖ ਸਕਦੇ ਹੋ ਤੁਸੀਂ ਬਿਲਕੁਲ ਸੁੱਕਾ ਟਰੈਕਟਰ ਚਾਰੋਂ ਪਾਸੇ। ਇਸ ਟਾਈਮ ਖੜ੍ਹਾ ਨਹੀਂ ਹੈਗਾ, ਚਲਦੀ ਕੰਡੀਸ਼ਨ 'ਚ ਹੈ, ਵੀ ਚਲਾਉਂਦੇ ਹਾਂ ਨਾ ਅਸੀਂ ਰੋਜ਼, ਵੀ ਇੱਕ ਤਾਂ ਖੜ੍ਹਾ ਕਿੱਥੋਂ ਹੁੰਦਾ ਧੋ ਕੇ, ਉਹ ਚੀਜ਼ ਨਹੀਂ ਰੇਲੀ ਚੱਲਦਾ ਹੈ ਟਰੈਕਟਰ, ਤਾਂ ਵੀ ਦੇਖ ਲਓ ਕੋਈ ਵੀ ਲੀਕਿੰਗ ਨਹੀਂ ਇਹਦੇ ਕਿਹੜੀ ਕਿਸੇ ਵੀ ਪਾਸੋਂ। ਚਲੋ ਠੀਕ ਹੈ ਜੀ, ਫਿਰ ਇਹਦੀ ਪਰਫੋਰਮੈਂਸ ਦੀ ਵੀਡੀਓ ਆਪਾਂ ਉਹ ਵੀ ਦਿਖਾਵਾਂਗੇ ਜੀ। ਚੰਗਾ ਜੀ, ਫਿਰ ਸਤਿ ਸ਼੍ਰੀ ਅਕਾਲ।